ਨਹੀਂ ਨਹੀਂ ਮੇਰੇ ਪੈਰਾਂ ਨੂੰ ਨਾ ਹੱਥ ਲਾਓ ਨਹੀਂ ਨਹੀਂ ਲਾਉਂਦਾ ਕਿਹੜਾ ਦਵਾਈ ਦਵਾਈ ਆਪੇ ਉੱਠ ਘੜ ਫਿਰ ਇੱਧਰ ਦੀ ਉੱਧਰ ਦੀ ਉੱਧਰ ਕਿੱਧਰ ਦੀ ਸੌਖਾ ਰਹੂਗਾ ਨਹੀਂ ਨਹੀਂ ਮੇਰੇ ਸੱਟ ਲੱਗੀ ਆ ਓਏ ਸੱਟ ਦੀ ਦਵਾਈ ਲੈਣੀ ਸੱਟ ਦੀ ਦਵਾਈ ਚੱਲ ਓਏ ਨਹੀਂ ਓਏ ਬਸ ਓ ਯਾਰ ਮੇਰੇ ਦੁੱਖ ਲੱਗ ਕੋਈ ਕੋਈ ਇਹ ਬਾਈ ਕਰੀਬ ਇੱਕ ਹਫ਼ਤੇ ਤੋਂ ਉੱਥੇ ਪਿੰਡ 'ਚ ਘੁੰਮ ਰਿਹਾ ਕੇਸੂ ਹੁਣੇ ਕਿਤੇ ਘਰੋਂ ਨਿਕਲਿਆ ਇੱਧਰਲੇ ਗੁੱਟ 'ਤੇ ਵੀ ਰੱਖੜੀ ਬੰਨ੍ਹੀ ਹੋਈ ਹੈ ਕੇਸੂ ਅਤੇ ਜੇ ਤੁਸੀਂ ਇਹਨੂੰ ਪਹਿਚਾਣਦੇ ਹੋ ਜਾਣਦੇ ਹੋ ਜੇ ਨਹੀਂ ਪਹਿਚਾਣਦੇ ਜਾਣਦੇ ਤਾਂ ਸ਼ੇਅਰ ਕਰੋ ਵੀਡੀਓ ਨੂੰ ਰੱਬ ਰੂਪੀ ਲੋਕਾਂ ਨੂੰ ਇਹਨਾਂ ਦੇ ਆਪਣਿਆਂ ਤੱਕ ਪਹੁੰਚਾਈ ਰੋਟੀ ਦਾ ਤੂੰ ਖਾ ਲਈ ਤੂੰ ਪਿੰਡ ਕਿਹੜਾ ਤੇਰਾ ਪਤਾ ਨਹੀਂ ਆ ਪੰਜਾਬ ਹੀ ਆਉ ਹੈਂ ਪੰਜਾਬ ਦਾ ਹੀ ਆਉ ਤੂੰ ਜੇ ਕੋਈ ਜਾਣਦਾ ਪਛਾਣਦਾ ਹੋਵੇ ਤਾਂ ਸਬੱਧੀ ਗੱਲਾਂ ਜ਼ਰੂਰ ਯਾਰ ਦੱਸ ਦਿਓ ਬਾਬਾ ਖਾਲਸੇ ਦੇ ਕੋਲੇ ਆ ਵੀਰੇ ਕੀ ਨਾਂ ਤੇਰਾ ਹੈਂ ਨਾਂ ਕੀ ਹੈ ਤੇਰਾ ਤੇਰਾ ਨਾਂ ਕੀ ਆ ਨਾਮ ਕੀ ਹੈ ਤੇਰਾ ਕੇਸ਼ੂ ਕੇਸ਼ੂ ਹਾਂ ਕੇਸ਼ੂ ਪਿੰਡ ਕਿਹੜਾ ਜਿਹੜਾ ਇੱਥੇ ਹੀ ਆ ਕਿੱਥੇ ਜਦੋਂ ਮੈਂ ਇੱਥੇ ਬਣਾਉਣਾ ਹੁੰਦਾ ਕਿੱਥੇ ਇੱਥੇ ਬਣਾ ਨਹੀਂ ਹੁੰਦਾ ਹਾਂ ਉਦੋਂ ਪਿੰਡ ਦਾ ਕੀ ਨਾਂ ਸੀ ਉਦੋਂ ਆਹੋ ਹੀ ਹੈ ਨਾ ਕਿਹੜਾ ਜਿਹੜਾ ਮੈਂ ਇੱਥੇ ਬਣਾਉਣਾ ਕਿਹੜਾ ਪੰਜਾਬ ਦੇ ਪਿੰਡ ਆਉਂਦੇ ਹੁੰਦੇ ਨੇ ਹੈਂ ਉੱਧਰੋਂ ਆਉਂਦੇ ਹੁੰਦੇ ਨੇ ਆਉਂਦੇ ਹੁੰਦੇ ਨੇ ਤੇਰੇ ਬਾਪੂ ਦਾ ਕੀ ਨਾਂ ਡੈਡੀ ਦਾ ਬਲਦੇਵ ਬਲਦੇਵ ਦਾ ਮੁੰਡਾ ਤੂੰ ਹਾਂ ਮੰਮੀ ਦਾ ਕੀ ਨਾਂ ਮਾਂ ਦਾ ਨਾਂ ਕੀ ਹੈ ਮਾਂ ਦਾ ਬੇਬੇ ਦਾ ਬੀਬੀ ਦਾ ਬੀਬੀ ਦਾ ਕੀ ਨਾਂ ਉਹ ਕੇਸ਼ੂ ਬੀਬੀ ਦਾ ਕੀ ਨਾਂ ਭਰਾ ਤੇਰਾ ਹੈਗਾ ਭਰਾ ਕੀ ਨਾਂ ਉਹਦਾ ਬਿੰਦਾ ਬਿੰਦੇ ਦਾ ਭਰਾ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਨੂੰ ਜ਼ਰੂਰ ਪਹਿਚਾਣੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਵੀਰਾਂ ਦਾ ਕੀਤਾ ਉਪਰਾਲਾ ਸਫਲ ਹੋਵੇ ਸਬੱਧੀ ਪਿੰਡ ਤੋਂ ਲੈ ਕੇ ਆਏ ਨੇ ਬਾਈ ਹੁਣੀ ਬਾਸੀਆਂ ਬੇਟ ਪਿੰਡ ਆ ਦੋ ਵੀਰਾਂ ਦਾ ਦੋਵਾਂ ਦਾ ਸਬੱਧੀ ਪਿੰਡ ਆ ਇਹ ਬਾਈ ਕਰੀਬ ਇੱਕ ਹਫ਼ਤੇ ਤੋਂ ਉੱਥੇ ਪਿੰਡ 'ਚ ਘੁੰਮ ਰਿਹਾ ਕੇਸ਼ੂ ਦੱਸਦਾ ਨਾਂ ਆਪਣੇ ਬਾਪ ਦਾ ਨਾਂ ਬਲਦੇਵ ਦੱਸਦਾ ਭਰਾ ਦਾ ਨਾਂ ਆਪਣੇ ਦਾ ਦਾਦਾ ਪਿੰਦਾ ਅਤੇ ਜੇ ਤੁਸੀਂ ਇਹਨੂੰ ਪਹਿਚਾਣਦੇ ਹੋ ਜਾਣਦੇ ਹੋ ਤਾਂ ਸਾਡੇ ਹੇਠਾਂ ਦਿੱਤੇ ਨੰਬਰਾਂ 'ਤੇ ਸੰਪਰਕ ਕਰੋ ਜੇ ਨਹੀਂ ਪਹਿਚਾਣਦੇ ਜਾਣਦੇ ਤਾਂ ਸ਼ੇਅਰ ਕਰੋ ਵੀਡੀਓ ਨੂੰ ਤਾਂ ਜੋ ਪਤਾ ਲੱਗ ਸਕੇ ਆਪਾਂ ਨੂੰ ਹੋ ਸਕਦਾ ਮਾਂ ਤੜਫਦੀ ਹੋਵੇ ਬੈਠੀ ਹੋ ਸਕਦਾ ਬਿਲਕਦੀ ਹੋਵੇ ਉਹ ਮਾਂ ਉਹ ਭੈਣ ਉਹ ਭਰਾ ਉਹ ਬਾਪੂ ਵਿਚਾਰਾ ਲੱਭਦਾ ਫਿਰਦਾ ਹੋਵੇ ਆਪਣੇ ਪੁੱਤ ਨੂੰ ਇੱਦਾਂ ਦੇ ਰੱਬ ਰੂਪੀ ਸਿੱਧੇ ਬੱਦੇ ਅਕਸਰ ਘਰੋਂ ਇੱਧਰ ਉੱਧਰ ਹੋ ਜਾਂਦੇ ਆ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇਹਨਾਂ ਰੱਬ ਰੂਪੀ ਲੋਕਾਂ ਨੂੰ ਇਹਨਾਂ ਦੇ ਆਪਣਿਆਂ ਤੱਕ ਪਹੁੰਚਾਈਏ ਅਤੇ ਜਾਂ ਇਹਨਾਂ ਦੀ ਕੋਈ ਮਦਦ ਕਰੀਏ ਬਾਂਹ ਫੜੀਏ ਜਿਵੇਂ ਇਹਨਾਂ ਵੀਰਾਂ ਨੇ ਉਪਰਾਲਾ ਕੀਤਾ ਤੁਹਾਡਾ ਕੀ ਨਾਂ ਜੀ ਯਾਦਵਿੰਦਰ ਸਿੰਘ ਤੁਹਾਡਾ ਜੀ ਤੁਹਾਡਾ ਵੀਰ ਪ੍ਰੇਮ ਸਿੰਘ ਤੁਹਾਡਾ ਵੀਰੇ ਭੁਪਿੰਦਰ ਸਿੰਘ ਚਾਰੋਂ ਵੀਰ ਸੁਪਨਿਆਂ ਦੇ ਘਰ ਪਹੁੰਚੇ ਆ ਲੈ ਕੇ ਸਾਨੂੰ ਪਹਿਲਾਂ ਵੀਰੇ ਉਹਨਾਂ ਨੇ ਵੀਡੀਓ ਭੇਜੀ ਸੀ ਫੋਨ ਕੀਤਾ ਸੀ ਵੀ ਸਾਡੇ ਪਿੰਡ 'ਚ ਇੱਕ ਬੰਦਾ ਘੁੰਮਦਾ ਇਹਨਾਂ ਨੇ ਆਪਦੇ ਪੱਧਰ 'ਤੇ ਵੀ ਕੋਸ਼ਿਸ਼ ਕੀਤੀ ਇਹਦਾ ਘਰ ਲੱਭਣ ਦੀ ਇਹਦੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਤਾਂ ਫਿਰ ਵੀਰ ਇੱਥੇ ਪਹੁੰਚਿਆ ਲੈ ਕੇ ਹੁਣ ਅਗਲਾ ਸਫ਼ਰ ਆ ਜਿਹੜਾ ਉਹ ਤੁਹਾਡੇ ਸ਼ੇਅਰ ਕਰਨ ਵਾਲੀ ਬਾਈ ਦਾ ਪੂਰਾ ਹੋਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕੇਸ਼ੂ ਆਪਣੇ ਮਾਂ ਬਾਪ ਕੋਲ ਆਪਣੇ ਭੈਣਾਂ ਭਰਾਵਾਂ ਕੋਲ ਪਹੁੰਚ ਸਕੇ
ਕੇਸ਼ੂ ਦੇ ਬੰਨੀ ਹੋਈ ਗੁੱਟ 'ਤੇ ਰੱਖੜੀ ਬਿਆਨ ਕਰਦੀ ਆ ਵੀ ਕੇਸ਼ੂ ਦੀਆਂ ਭੈਣਾਂ ਵੀ ਹੈਗੀਆਂ ਵਾ, ਆ ਰੱਖੜੀਆਂ ਥੋੜ੍ਹੇ ਦਿਨ ਪਹਿਲਾਂ ਲੰਘ ਕੇ ਗਈਆਂ ਵਾ। ਕੇਸ਼ੂ ਦੇ ਕੁੜਤੇ ਪਜਾਮੇ ਦਾ ਸਟਾਈਲ ਆ ਜਿਹੜਾ ਉਹ ਦੱਸਦਾ ਵਾ ਵੀ ਕੇਸ਼ੂ ਹੁਣੇ ਕਿਤੇ ਘਰੋਂ ਨਿਕਲਿਆ, ਇੱਧਰਲੇ ਗੁੱਟ 'ਤੇ ਵੀ ਰੱਖੜੀ ਬੰਨੀ ਹੋਈ ਹੈ ਕੇਸ਼ੂ ਦੇ। ਧਾਗਾ ਬੰਨਿਆ ਹੁੰਦਾ ਜਿਵੇਂ ਅਤੇ ਬਸ ਕਰਿਓ ਕੋਸ਼ਿਸ਼, ਕਰਿਓ ਅਰਦਾਸ, ਕਰਿਓ ਸ਼ੇਅਰ, ਆਪਣਾ ਫਰਜ਼ ਵੀ ਕਰਿਓ ਪੂਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।